ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਕੈਂਸਰ ਦੀ ਗੰਭੀਰ ਸਮੱਸਿਆ ਦੇ ਇਲਾਜ ਲਈ ਬਠਿੰਡਾ ਦੇ ਵਿੱਚ ਸਥਾਪਿਤ ਕੀਤਾ ਗਿਆ ਕੈਂਸਰ ਕੇਅਰ ਹਸਪਤਾਲ ਨੂੰ ਪੰਜਾਬ ਸਰਕਾਰ ਵੱਲੋਂ ਕੋਵਿਡ ਕੇਅਰ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਇੱਥੇ ਕੋਰੋਨਾ ਦੇ ਮਰੀਜ਼ ਭਰਤੀ ਕੀਤੇ ਜਾਣਗੇ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਇੱਥੇ ਭਰਤੀ ਨਹੀਂ ਕੀਤਾ ਜਾਵੇਗਾ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਕੈਂਸਰ ਦਾ ਇਲਾਜ ਕਿੱਥੇ ਕਰਵਾਉਣਗੇ, ਇਸ ਦੇ ਚੱਲਦਿਆਂ ਇਹ ਫੈਸਲਾ ਸਰਕਾਰ ਦਾ ਬਿਲਕੁਲ ਗਲਤ ਹੈ, ਜਿਸ ਕਰਕੇ ਲੋਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਇਸ ਫੈਸਲੇ ਨੂੰ ਤਬਦੀਲ ਕਰਨ ਦੇ ਲਈ ਵੀ ਕਿਹਾ ਜਾ ਰਿਹਾ ਹੈ। ਡਾਕਟਰ ਸਾਹਿਬ ਇੱਥੇ ਕਹਿ ਰਹੇ ਨੇ ਵੀ ਕਰੋਨਾ ਦੇ ਮਰੀਜ਼ ਸ਼ਿਫਟ ਕਰਨੇ ਆ ਇੱਥੇ ਆ ਰਹੇ ਨੇ, ਉੱਪਰ ਜਿੱਥੇ ਕੀਮੋ ਲੱਗਦੀ ਸੀ ਉੱਪਰਲੀ ਮੰਜ਼ਿਲ 'ਚ ਉਹ ਖਾਲੀ ਕਰਾ ਲਿਆ ਇਹਨਾਂ ਨੇ, ਇੱਥੇ ਕਹਿੰਦੇ ਕਰੋਨਾ ਵਾਲੇ ਮਰੀਜ਼ ਆਉਣੇ ਆ ਜੀ। ਸੁਣੋ ਹੁਣ ਕੀ ਕਹਿੰਦੇ ਜੀ? ਸਾਨੂੰ ਤਾਂ ਜੀ ਹੁਣ ਕਹਿ ਰਹੇ ਜੀ ਜਿਹੜਾ ਮਰੀਜ਼ ਕੈਂਸਰ ਦਾ ਇਲਾਜ ਹੋਣਾ ਜੀ ਉਹ ਔਖਾ ਹੋ ਜਾਣਾ, ਕਹਿੰਦੇ ਜੀ ਦੇਖੋ ਕਰੋਨਾ ਵਾਲੇ ਮਰੀਜ਼ ਆ ਗਏ ਇੱਥੇ ਕੈਂਸਰ ਦਾ ਮਰੀਜ਼ ਇਲਾਜ ਕਰਾ ਸਕਦਾ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੁਣ? ਅਸੀਂ ਤਾਂ ਕਹਿੰਦੇ ਵੀ ਕਰੋਨਾ ਵਾਲੇ ਜਿਹੜੇ ਮਰੀਜ਼ ਆ ਉਹ ਕਿਤੇ ਹੋਰ ਸ਼ਿਫਟ ਕਰ ਦੇਣ, ਇੰਨੇ ਸਕੂਲ ਕਾਲਜ ਪਏ ਆ ਜੀ ਇੱਥੇ ਨਾ ਵੜ ਜਾ। ਹਾਂਜੀ ਸਾਨੂੰ ਕਹਿੰਦੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਹੋ ਸਕਦਾ ਜੀ, ਇੱਥੇ ਕਰੋਨਾ ਵਾਲੇ ਮਰੀਜ਼ ਆ ਗਏ ਤਾਂ ਤੁਹਾਡਾ ਇਲਾਜ ਔਖਾ ਹੋ ਜਾਣਾ। ਹੁਣ ਕਿਉਂ ਨਹੀਂ ਕਰ ਰਹੇ? ਹੁਣ ਇਹ ਕਹਿੰਦੇ ਜੀ ਇੱਥੇ ਵੀ ਆਪਣੇ ਕਰੋਨਾ ਦਾ ਅਸੀਂ ਮਤਲਬ ਕਿ ਜੋ ਚੱਲ ਰਿਹਾ ਵੀ ਕਰੋਨਾ ਕਰਕੇ ਅਸੀਂ ਆਪਰੇਸ਼ਨ ਨਹੀਂ ਕਰਾਂਗੇ ਇੱਥੇ, ਪਰ ਅਸੀਂ ਤਾਂ ਇਹੀ ਚਾਹੁੰਦੇ ਹਾਂ ਸਾਡੇ ਬੱਚੇ, ਦੇਖੋ ਜਦੋਂ ਕਿਸੇ ਨੂੰ ਕਰੋਨਾ ਹੋਊਗਾ ਉਹਦਾ ਉਦੋਂ ਹੋਣਾ, ਪਰ ਸਾਡੇ ਬੱਚੇ ਅੱਜ ਅਸੀਂ ਦੁਖੀ ਹਾਂ, ਅਸੀਂ ਔਖੇ ਹਾਂ ਜੀ। ਕਿੰਨੀ ਕੁ ਉਮਰ ਹੈ ਤੁਹਾਡੇ ਬੱਚੇ? ਉਮਰ 15 ਸਾਲ ਹੈ ਜੀ ਬੱਚਾ। ਦੇਖੋ ਜੀ ਕੀ ਕਹਿਣਾ ਚਾਹੋਗੇ ਹੁਣ ਤੁਸੀਂ? ਦੇਖੋ ਜੀ ਸਾਡੇ ਬੱਚੇ ਨੂੰ ਤਕਲੀਫ ਹੈ ਜੀ, ਖਾਣਾ ਖਾਂਦਾ ਤਕਲੀਫ ਹੁੰਦੀ ਹੈ, ਅਸੀਂ ਆਪ ਔਖੇ ਹਾਂ, ਬੱਚਾ ਔਖਾ ਹੈ। ਅਸੀਂ ਤਾਂ ਮਤਲਬ ਕਿ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਜੋ ਇੱਥੇ ਮਰੀਜ਼ ਆਉਂਦੇ ਨੇ ਉਹਨਾਂ ਦਾ ਇਲਾਜ ਹੈ ਉਹ ਚੱਲੀ ਜਾਂਦਾ ਠੀਕ ਹੈ, ਪਰ ਅਸੀਂ ਕਹਿੰਦੇ ਵੀ ਇੱਥੇ ਕਰੋਨਾ ਵਾਲਾ ਨਹੀਂ ਆਉਣਾ ਚਾਹੀਦਾ ਜੀ, ਅਸੀਂ ਤਾਂ ਆਪਦੇ ਬੱਚੇ ਦਾ ਇਲਾਜ ਚਾਹੀਦਾ। ਬੱਚੇ ਨੂੰ ਕੈਂਸਰ ਹੈ ਜੀ ਤਾਂ ਆਪਰੇਸ਼ਨ ਕਰਵਾਉਣ ਵਾਸਤੇ। ਹੁਣ ਕੀ ਕਹਿੰਦੇ ਡਾਕਟਰਾਂ ਦਾ ਕੀ ਕਹਿੰਦੇ? ਡਾਕਟਰ ਕਹਿੰਦੇ ਜੀ ਵੀ ਆ ਕਰੋਨਾ ਵਾਰਡ ਬਣਦਾ ਜੀ ਇੱਥੇ, ਅਤੇ ਉਦੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਜੀ ਜੇ ਜਦੋਂ ਠੀਕ ਹੋਊਗਾ ਉਦੋਂ। ਹੁਣ ਬੱਚੇ ਦਾ ਕੀ ਤੁਸੀਂ ਅਪਰੇਟ ਕਰਾਉਣਾ ਸੀ ਜਾਂ ਕੋਈ ਦਵਾਈ? ਅੱਛਾ ਅਪਰੇਟ ਕਰਾਉਣਾ ਸੀ, ਅਸੀਂ ਕਹਿੰਦੇ ਅਪਰੇਟ ਹੋ ਜਾਂਦੇ ਬੱਚੇ। ਅਤੇ ਹੁਣ ਕੀ ਕਹਿ ਰਹੇ ਤੁਹਾਨੂੰ? ਇਹ ਕਹਿ ਰਹੇ ਵੀ ਕੇਰਾਂ ਦਾ ਵੀ ਆ ਬਣਾਉਣਾ ਜੀ ਕਰੋਨਾ ਵਾਲਾ, ਅਤੇ ਉਦੋਂ ਬਾਅਦ ਦੱਸਾਂਗੇ ਜੀ। ਕਰੋਨਾ ਤਾਂ ਪਤਾ ਨਹੀਂ ਕਦੋਂ ਆਊਗਾ, ਇਹਨੂੰ ਤਾਂ ਪ੍ਰੋਬਲਮ ਬੱਚੇ ਨੂੰ ਹੋਣਾਗੀ। ਹਾਂਜੀ ਹਾਂਜੀ। ਹੁਣ ਕਿਉਂ ਨਹੀਂ ਕਰਦੇ? ਵੇਖੋ ਜੀ ਅਸੀਂ ਤਾਂ ਕਹਿੰਦੇ ਹੁਣੇ ਹੋਵੇ ਨਾ ਕਰੋਨਾ ਵਾਲਾ ਬਣੇ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਬੱਚਿਆਂ ਦਾ ਪਰੇਟ ਹੋਵੇ ਅਤੇ ਕਰੋਨਾ ਵਾਲਾ ਨਾ ਬੜੇ ਵਾਰਡ ਨਾਲ। ਦੇਖੋ ਪਹਿਲਾਂ ਤਾਂ ਸਰਕਾਰ ਜਾਂ ਯੂਨੀਵਰਸਿਟੀ ਦੇ ਜੋ ਵੀ ਹੁਕਮ ਹੈ ਇਸ ਪੈਂਡੇਮਿਕ 'ਚ ਲੈਣੇ ਤਾਂ ਸਿਰ ਮੱਥੇ ਪੈਣੇ ਹੀ ਪੈਣੇ ਆ, ਹੈ ਨਾ। ਅਤੇ ਆਪਾਂ ਕੈਂਸਰ ਪੇਸ਼ੈਂਟਸ ਬਾਰੇ ਜੇ ਗੱਲ ਸ਼ੁਰੂ ਕਰੀਏ ਜਾਂ ਇਨ ਜਨਰਲ ਮੈਂ ਗੱਲ ਕਰਾਂ ਤਾਂ ਮੈਨੂੰ ਕਰੋਨਾ ਇਸ ਤਰ੍ਹਾਂ ਦੀ ਪੈਂਡੇਮਿਕ ਸਭ ਤੋਂ ਪ੍ਰਾਇਰਟੀ ਹੈ ਆਪਣੇ ਵਾਸਤੇ, ਹੁਣ ਡੀਲ ਕਰਨਾ ਪ੍ਰਾਇਰਟੀ ਹੈ। ਲੇਕਿਨ ਕੋਈ ਨਾ ਕੋਈ ਸਟ੍ਰੈਟੇਜੀ ਜ਼ਰੂਰ ਲੈ ਕੇ ਚੱਲਣੀ ਪੈਂਦੀ ਹੈ। ਸਟ੍ਰੈਟੇਜੀ ਇਸ ਤਰ੍ਹਾਂ ਦਾ ਕਿ ਮੈਂ ਮੰਨ ਲਓ ਇੱਕ ਸੈਂਟਰ 'ਤੇ ਕੈਂਸਰ ਟ੍ਰੀਟਮੈਂਟ ਬੰਦ ਕਰਨਾ ਕਿ ਮੈਂ 15 ਦਿਨ ਵਾਸਤੇ ਬੰਦ ਕਰਨਾ, 20 ਦਿਨ ਵਾਸਤੇ ਬੰਦ ਕਰਨਾ, 1 ਮਹੀਨੇ ਵਾਸਤੇ ਬੰਦ ਕਰਨਾ, 3 ਮਹੀਨੇ ਵਾਸਤੇ ਬੰਦ ਕਰਨਾ ਜਾਂ 6 ਮਹੀਨੇ ਵਾਸਤੇ ਬੰਦ ਕਰਨਾ, ਜਿਸ ਚੀਜ਼ ਦੀ ਕਲੀਅਰ ਐਂਡ ਪਤਾ ਹੋ ਉਸ ਚੀਜ਼ ਵਾਸਤੇ ਤਾਂ ਡੀਲ ਕਰ ਸਕਦੇ ਹਾਂ ਜਾਂ ਉਸੇ ਤਰ੍ਹਾਂ ਦੀ ਪਲੈਨਿੰਗ ਕਰ ਸਕਦੇ ਹਾਂ। ਜਿਸ ਤਰ੍ਹਾਂ ਦੀ ਲਾਸਟ ਈਅਰ ਅਪ੍ਰੈਲ 'ਚ ਵੀ ਮੇਰੇ ਕੋਲ ਇਹੀ ਸਵਾਲ ਸੀਗੇ, ਇੱਥੇ ਇਹੀ ਸੈਂਟਰ ਇਸੇ ਤਰ੍ਹਾਂ ਹੀ ਬਣ ਜਾ ਰਿਹਾ ਸੀਗਾ, ਅਤੇ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਿ ਆਪਾਂ ਕਰੋਨਾ ਦੇ ਨਾਲ ਹੀ ਰਹਿਣਾ ਪੈਣਾ, ਜੇ 1-2 ਮਹੀਨੇ ਦੀ ਗੱਲ ਹੋਏ ਤਾਂ ਕੈਂਸਰ ਨੂੰ ਮੈਂ ਕਿਸੇ ਵੀ ਹਿਸਾਬ ਨਾਲ ਟਾਲ ਲਾਂਗੇ, 15 ਦਿਨ ਦੀ ਗੱਲ ਹੈ ਤਾਂ ਆਪਾਂ ਕੈਂਸਰ ਦੀ ਟ੍ਰੀਟਮੈਂਟ ਅਵੋਇਡ ਕਰ ਸਕਦੇ ਹਾਂ, ਛੱਡ ਦਿੰਦੇ ਹਾਂ, ਚੱਲ 15 ਦਿਨ 20 ਦਿਨ ਅਲਟਰਨੇਟਿਵ ਟ੍ਰੀਟਮੈਂਟ 'ਚ ਪਾ ਲੈਂਦੇ ਹਾਂ, ਪੇਸ਼ੈਂਟ ਨੂੰ ਸਮਝਾ ਲੈਂਦੇ ਹਾਂ, ਪਰ 20 ਦਿਨ ਬਾਅਦ ਦੱਸ ਦਿਓ ਮੈਨੂੰ, ਹੈ ਨਾ। ਲਾਸਟ ਅਪ੍ਰੈਲ 2020 'ਚ ਵੀ ਇਹੀ ਸਵਾਲ ਸੀ ਕਿ ਮੈਨੂੰ ਮਈ 2000 'ਚ ਕੀ ਕਰਨਾ, ਜੂਨ 2020 'ਚ ਕੀ ਕਰਨਾ, ਇਹ ਕਰਦਿਆਂ ਕਰਦਿਆਂ ਆਪਾਂ 21 'ਚ ਆ ਗਏ ਹਾਂ, ਠੀਕ ਹੈ। ਸੇਮ ਸਿਚੁਏਸ਼ਨ ਇਹ ਹੈ, ਅੱਜ ਮੈਂ ਪੇਸ਼ੈਂਟ ਨੂੰ ਮੈਂ ਕੀ ਜਵਾਬ ਦੇਵਾਂ, ਜਿਵੇਂ ਮੇਰੇ ਕੋਲ ਅੱਜ ਅਪਡੇਟਡ ਪੇਸ਼ੈਂਟ ਸਰਜਰੀ ਦੇ ਆਏ ਜਾਂ ਫਿਰ ਕੀਮੋਥੈਰੇਪੀ ਵਾਸਤੇ ਜੋ ਪੇਸ਼ੈਂਟਸ ਨੇ ਸਾਰੇ, ਉਹ ਤੁਹਾਡੇ ਸਾਹਮਣੇ ਪੇਸ਼ੈਂਟਸ ਇੱਕ ਹੁਣੇ ਜੋ ਪੇਸ਼ੈਂਟਸ ਆਏ ਸੀ ਕਿ ਮੈਨੂੰ PGI ਤੋਂ ਵਾਪਸ ਭੇਜ ਦਿੱਤਾ, ਹੁਣ ਉਸ ਪੇਸ਼ੈਂਟ ਨੂੰ ਕੀ ਕਹੀਏ ਕਿ ਤੂੰ ਟ੍ਰੀਟਮੈਂਟ ਨਾ ਲੈ, ਐਟਲੀਸਟ ਆਪਾਂ ਕਰੋਨਾ ਪੈਂਡੇਮਿਕ ਨੂੰ ਡੀਟ ਕਰਨਾ ਵੀ ਜ਼ਰੂਰੀ ਹੈ ਅਤੇ ਪਰ ਇਹਨਾਂ ਨੂੰ ਜਵਾਬ ਕੀ ਦੇਣਾ ਉਹ ਵੀ ਜ਼ਰੂਰੀ ਹੈ। ਇਹਨਾਂ ਪੇਸ਼ੈਂਟਸ ਨੂੰ ਕੀ ਜਵਾਬ ਦੇਈ, ਜਾਂ ਤੁਸੀਂ ਪ੍ਰਾਈਵੇਟ ਹੋਸਪਿਟਲ ਚਲੇ ਜਾਓ ਜਾਂ ਤੁਹਾਡਾ ਕੈਂਸਰ ਟ੍ਰੀਟਮੈਂਟ ਕੋਈ ਜ਼ਰੂਰੀ ਨਹੀਂ ਹੈ, 1 ਸਾਲ 1 ਸਾਲ ਵਾਸਤੇ, 2 ਮਹੀਨੇ ਵਾਸਤੇ, 6 ਮਹੀਨੇ ਵਾਸਤੇ, ਇਹ ਬਹੁਤ ਵੱਡਾ ਸਵਾਲ ਹੈ। ਕੈਂਸਰ ਪੇਸ਼ੈਂਟ ਕੈਂਸਰ ਪੇਸ਼ੈਂਟ ਇੱਥੇ ਆਉਂਦੇ ਆ ਜੀ, ਲੈਵਲ 2 ਦੇ ਪੇਸ਼ੈਂਟ ਕਿੰਨੇ ਇੱਥੇ ਐਡਮਿਟ ਹੋ ਸਕਦੇ ਅਤੇ
ਫ੍ਰੀ ਦੇ ਪੇਸ਼ੈਂਟ ਕਿੰਨੇ ਇੱਥੇ ਲੋਕ? ਉਹ ਤਾਂ ਨੈਕਸਟ ਅਵੇਲੇਬਲ ਫੈਸਿਲਿਟੀਸ ਉਸੇ ਤਰ੍ਹਾਂ ਦੀਆਂ ਬਣਨੀਆਂ ਬਣਾਉਣੀਆਂ ਪੈਣੀਆਂ ਕਿ ਵੈਂਟੀਲੇਟਰ ਕਿੰਨੇ ਆਉਂਦੇ ਆ। ਐਟ ਪ੍ਰਜੈਂਟ ਤਾਂ ਜਿਵੇਂ ਸਾਡੇ ਕੋਲ 3 ਜਾਂ 4 ਵੈਂਟੀਲੇਟਰ ਹੈ, ਉਸ ਬੇਸ 'ਤੇ ਵੈਂਟੀਲੇਟਰ ਰਿਕੁਆਇਰਮੈਂਟ ਵਾਲੇ ਪੇਸ਼ੈਂਟ 3 ਜਾਂ 4 ਹੀ ਆ ਸਕਦੇ ਆ। ਨੈਕਸਟ ਕਿੰਨੀ ਅਵੇਲੇਬਲ ਫੈਸਿਲਿਟੀ ਆਪਣੀ ਆਉਂਦੀ ਹੈ ਉਹ 'ਤੇ ਨਿਰਭਰ ਕਰਦਾ ਲੈਵਲ 3 ਆਉਣਾ। ਕੈਂਸਰ ਦੇ ਲਗਭਗ 96 to 100 ਪੇਸ਼ੈਂਟਸ ਹੈ ਜੋ ਸਿਰਫ ਰੇਡੀਓਥੈਰੇਪੀ ਮਸ਼ੀਨਸ 'ਤੇ ਚੱਲ ਰਹੇ ਆ, ਅਤੇ ਲਗਭਗ 50 to 100 ਦੇ ਇਨ ਬਿਟਵੀਨ ਐਵਰੀ ਡੇ ਵੈਰੀ ਕਰਦੇ ਨੇ, 50 to 100 ਐਵਰੀ ਡੇ ਕੀਮੋਥੈਰੇਪੀ ਪੇਸ਼ੈਂਟਸ ਰਹਿੰਦੇ ਆ ਜੋ ਹੋਸਪਿਟਲ 'ਚ। ਐਵਰੇਜ ਹੁਣ ਲਾਸਟ 1 ਵੀਕ ਤੋਂ, ਕਿਉਂਕਿ ਡਾਕਟਰ ਨੂੰ ਹੋਲਡ ਕੀਤਾ ਹੋਇਆ ਐਨਸੀਜੀਆ ਵਾਲੇ ਨੂੰ, ਜੇ ਵੀਕਲੀ ਅਸੀਂ 20 to 25 ਪੰਦਰਾਂ ਤੋਂ 20 ਜਾਂ 25 ਤੱਕ ਸਰਜਰੀ ਹਫ਼ਤੇ ਦੀਆਂ ਸਰਜਰੀਜ ਕਰਦੇ ਰਹੇ। 200 to 300 ਦੀ ਓਪੀਡੀ ਡੇਲੀ ਬੇਸਿਸ 'ਤੇ ਹੋ ਜਾਂਦੀ ਹੈ। ਜਿਹੜੇ ਕੈਂਸਰ ਦੇ ਮਰੀਜ਼ਾਂ ਨੂੰ ਅੱਜ ਇਲਾਜ ਦੀ ਲੋੜ ਸੀਗੀ, ਜੇ ਉਹਨੂੰ ਜਾਂ ਮਹੀਨਾ ਜਾਂ 20 ਦਿਨ ਆਪਾਂ ਡਿਲੇ ਕਿਸ ਤਰ੍ਹਾਂ ਕਰ ਸਕਦੇ ਹਾਂ? ਹਾਂ, ਇਹ ਸਾਡੇ ਬੰਨੀ ਹੋਈ ਇਹੀ ਸਵਾਲ ਹੈ ਕਿ ਉਹਨਾਂ ਨੇ ਉਹ, ਕਿਉਂਕਿ ਸਭ ਤੋਂ ਵੱਡਾ ਸਵੇਰ ਦਾ ਸਵਾਲ ਜੋ ਮੈਂ ਫੇਸ ਕਰ ਰਿਹਾ ਜਾਂ ਪ੍ਰੋਬਲਮ ਫੇਸ ਕਰ ਰਿਹਾ ਸਵੇਰ ਦਾ ਓਪੀਡੀ 'ਚ ਬੈਠਾ, ਕਿਉਂਕਿ ਅੱਜ ਦਾ ਮੈਨੂੰ ਇਹੀ ਆਰਡਰ ਹੈ ਕਿ ਓਪੀਡੀਜ਼ ਬੰਦ ਕਰਨੀ ਹੈ। ਅਸੀਂ ਵੀ ਪੇਸ਼ੈਂਟ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੀ ਅਸੀਂ ਅੱਜ ਤੋਂ ਬੰਦ ਕਰਨੀ, ਫਿਰ ਉਹ ਹੋਸਪਿਟਲ ਆਉਣਾ ਤਾਂ ਸੀ ਜਾਂ ਪੇਸ਼ੈਂਟ, ਕਿਉਂਕਿ ਉਸੇ ਤਰ੍ਹਾਂ ਦੇ ਕੋਈ ਬਹੁਤ ਜ਼ਿਆਦਾ ਪੇਨ 'ਚ ਆ ਰਿਹਾ ਜਾਂ ਕੀਮੋਥੈਰੇਪੀ ਦੀ ਰਿਲੇਟਿਡ ਹੈ ਜਾਂ ਰੇਡੀਓਥੈਰੇਪੀ ਵਾਸਤੇ ਰਿਲੇਟਿਡ ਹੈ, ਸਰਜਰੀ ਵਾਸਤੇ ਰਿਲੇਟਿਡ ਹੈ, ਅਤੇ ਉਹਨਾਂ ਨੂੰ ਕੀ ਆਨਸਰ ਕਰਨਾ ਕਿ ਅਸੀਂ 20 ਦਿਨ ਬਾਅਦ ਨਹੀਂ ਦੇਣੀ, 20 ਤੱਕ ਨਹੀਂ ਦੇਣੀ, 1 ਮਹੀਨੇ ਤੱਕ ਨਹੀਂ ਦੇਣਾ, ਉਹ ਹਜੇ ਕੁਐਸਚਨ ਮਾਰਕ ਹੈ। ਕਈ ਵਾਰੀ ਜਿਵੇਂ ਸਾਨੂੰ ਉੱਤੋਂ ਆਇਆ ਹੋ ਕੇ ਜਵਾਬ ਦੇਣ ਵਾਲੀ ਗੱਲ ਹੋ ਗਈ ਹੈ ਕਿ ਸਾਇੰਟੀਫਿਕਲੀ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ, ਅਤੇ ਓਫਿਸ਼ੀਅਲ ਜਵਾਬ ਉਹਨਾਂ ਨੂੰ ਅੱਗੇ ਟਰਾਂਸਮਿਟ ਕਰ ਸਕਦੇ ਹਾਂ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ। ਇਸੇ ਸਵਾਲ 'ਚ ਤਾਂ ਮੈਂ ਤੁਹਾਨੂੰ ਇਹੀ ਵਾਰੀ ਦੱਸਿਆ ਕਿ ਇਸੇ ਸਵਾਲ 'ਚ ਸਵੇਰ ਤਾਂ ਮੈਂ ਬੈਠਿਆ ਕਿ ਪੇਸ਼ੈਂਟ ਨੂੰ ਕਿੱਥੇ ਭੇਜਾਂ, ਕਿ ਹੋਰ ਗੌਰਮੈਂਟ ਸੈਂਟਰ ਸਾਰੇ ਬੰਦ ਹੈ, ਇਲੈਕਟਿਵਲੀ ਸਾਰੇ ਹੋਸਪਿਟਲਸ ਬੰਦ ਹੈ। ਕੰਪੈਰੀਟਿਵਲੀ ਅਗਰ ਦੂਜੇ ਵਾਰੀ ਪ੍ਰਾਈਵੇਟ ਹੋਸਪਿਟਲਸ ਥੋੜ੍ਹਾ ਕੰਮ ਹਾਈ ਹੋ ਰੱਖਿਆ ਡਿਸਪਾਈਟ ਆਫ ਪੈਂਡੇਮਿਕ, ਕਿਉਂਕਿ ਗੌਰਮੈਂਟ ਹੋਸਪਿਟਲ ਪਿਛਲੇ ਸਾਲ ਦੇ ਹੀ ਕਦੇ ਬੰਦ ਹੋ ਗਏ ਕਦੇ ਚੱਲ ਗਏ, ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਜਿਸ ਦਾ ਐਡਵਾਂਟੇਜ ਪ੍ਰਾਈਵੇਟ ਹੋਸਪਿਟਲਸ ਨੂੰ ਮਿਲ ਰਿਹਾ ਜਾਂ ਪੇਸ਼ੈਂਟ ਦਾ ਨੁਕਸਾਨ ਹੋ ਰਿਹਾ। ਚਲੋ ਪ੍ਰਾਈਵੇਟ ਹੋਸਪਿਟਲ ਨੇ ਤਾਂ ਆਪਣੇ ਹਿਸਾਬ ਨਾਲ ਕੰਮ ਹੀ ਕਰ ਰਿਹਾ, ਐਡਵਾਂਟੇਜ ਤਾਂ ਕੀ ਕਹਿ ਸਕਦੇ ਹਾਂ, ਪਰ ਪੇਸ਼ੈਂਟ ਦਾ ਲੋਸ ਹੋ ਰਿਹਾ। ਅਤੇ ਹੁਣ ਪੇਸ਼ੈਂਟ ਪ੍ਰਾਈਵੇਟ 'ਚ ਓਪਰੇਟ ਹੁੰਦਾ ਜਾਂ ਪ੍ਰਾਈਵੇਟ ਡਾਕਟਰਸ ਓਪਰੇਟ ਕਰਦੇ ਆ, ਉਹਨਾਂ ਨੂੰ ਵੀ ਕਰੋਨਾ ਰਿਸਕ ਤਾਂ ਸੇਮ ਰਹਿ ਹੀ ਰਿਹਾ। ਅਲਟੀਮੇਟਲੀ ਕੈਂਸਰ ਪੇਸ਼ੈਂਟ ਜਿੰਨਾ ਮੈਂ ਮਰਜ਼ੀ ਕਹਿ ਦਿਆਂ ਉਹ ਘਰੇ ਨਹੀਂ ਬੈਠ ਸਕਦਾ, ਉਹਨੂੰ ਪਵਾਉਂਦੀ ਜਿੰਨਾ ਮਰਜ਼ੀ ਖਰਚਾ ਕਰਕੇ ਉਹਨੂੰ ਟ੍ਰੀਟਮੈਂਟ ਕਰਾਉਣਾ ਪਵੇ, ਉਹ ਕਿਤੇ ਨਾ ਕਿਤੇ ਜ਼ਰੂਰ ਜਾਏਗਾ। ਕੈਂਸਰ ਪੇਸ਼ੈਂਟ ਘਰੇ ਨਹੀਂ ਬੈਠਦਾ, ਯੂਜਲੀ ਮੈਂ ਸਮਝਾਵਾਂਗਾ ਤਾਂ ਵੀ ਨਹੀਂ ਬੈਠੇ, ਕਿ 15 ਦਿਨ ਰੁਕ ਜਾਓ, 15 ਦਿਨ ਬਾਅਦ ਆ ਜਾਣਾ, ਤਾਂ ਫਿਰ ਵੀ ਉਹ ਕਿਤੇ ਨਾ ਕਿਤੇ ਕੋਸ਼ਿਸ਼ ਕਰੇਗਾ ਕਿ ਮੇਰਾ ਟ੍ਰੀਟਮੈਂਟ ਹੋ ਜਾਵੇ, ਬਾਕੀ ਸੈਂਟਰ 'ਚ ਜਾਣ ਦੀ ਕੋਸ਼ਿਸ਼ ਕਰੇਗਾ। ਪਰ ਸਰਾਊਂਡਿੰਗ ਜਿਵੇਂ ਪਹਿਲਾਂ ਇਹ ਹੋਸਪਿਟਲ ਬਣਨ ਵਾਲੇ ਜਿਹੜੀ ਕੈਂਸਰ ਟ੍ਰੇਨ ਚੱਲਦੀ ਸੀ ਉਹ ਤਕਰੀਬਨ ਇੱਕ ਕਿਸਮ ਦੀ ਉਹ ਬੰਦ ਹੋ ਗਈ ਸੀ, ਪਰ ਉਹ ਫਿਰ ਦੁਬਾਰਾ ਇਸ ਕਾਨੂੰਨ ਨਾਲ ਤਾਂ ਫਿਰ ਚੱਲੂਗੀ ਜੀ? ਉਹ ਕਹਿ ਨਹੀਂ ਸਕਦੇ ਕਿਉਂਕਿ ਗੌਰਮੈਂਟ ਸੈਟਅਪ ਸਾਰੇ ਪਾਸੇ ਹੈਂਪਰ ਹੋ ਰਹੇ, ਠੀਕ ਹੈ। ਕੈਂਸਰ ਟ੍ਰੇਨ ਦਾ ਤਾਂ ਪਲੱਸ ਮਾਈਨਸ ਹੈ, ਪਰ ਪ੍ਰਾਈਵੇਟ ਹੋਸਪਿਟਲ ਵਾਸਤੇ ਪੇਸ਼ੈਂਟ ਨੂੰ ਜ਼ਰੂਰ ਡਾਇਵਰਟ ਹੋਣਾ ਪਏਗਾ। ਗਰੀਬ ਲੋਕ ਹੈ ਉਹ ਪ੍ਰਾਈਵੇਟ 'ਚ ਕਿਸ ਤਰ੍ਹਾਂ ਇਲਾਜ ਕਰਾ ਸਕਣਗੇ? ਮੁਸ਼ਕਲ ਹੈ ਇਹਨਾਂ ਵਾਸਤੇ, ਬਹੁਤ ਮੁਸ਼ਕਲ ਹੈ। ਉਹ ਗੌਰਮੈਂਟ ਐਟਲੀਸਟ ਜੋ ਕੈਂਸਰ ਟ੍ਰੀਟਮੈਂਟ ਕਾਇੰਡ ਆਫ ਸੈਮੀ ਐਮਰਜੈਂਸੀ ਹੈ ਕੰਟੀਨਿਊ ਰਹੇ ਤਾਂ ਜ਼ਿਆਦਾ ਜ਼ਰੂਰੀ, ਜ਼ਿਆਦਾ ਠੀਕ ਹੈ।